ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਬਰਗਾੜੀ ਕਾਂਡ ਦੀ ਰਿਪੋਰਟ, ਬੇਅਦਬੀ ਕਾਂਡ ਦੀ ਰਿਪੋਰਟ ਭਾਵੇਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪੇਸ਼ ਹੋਣੀ ਹੈ, ਪਰ ਇਸ ਨੂੰ ਲੈ ਕੇ ਪਹਿਲਾਂ ਤੋਂ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼ੱਕ ਦੀ ਸੂਈ ਆਣ ਖੜੀ ਹੋਈ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਦਿੱਤੀ ਹੈ। ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਫਾਈਨਲ ਰਿਪੋਰਟ 'ਚ ਖੁਲਾਸਾ ਆਇਆ ਕਿ ਉਸ ਵਕਤ DGP ਸੁਮੇਧ ਸੈਣੀ ਨੇ ਇੱਕ ਐਫੀਡੇਵਿਟ ਫਾਈਲ ਕੀਤਾ ਕਮਿਸ਼ਨ ਦੇ ਕੋਲ ਕਿ ਜਿੱਦਣ ਗੋਲੀ ਚੱਲਦੀ ਬਹਿਬਲ ਕਲਾਂ ਕਾਂਡ ਹੁੰਦਾ, ਦੋ ਸਿੱਖ ਨੌਜਵਾਨ ਮਾਰੇ ਜਾਂਦੇ ਨੇ 14 ਅਕਤੂਬਰ 2015 'ਚ, ਸੁਮੇਧ ਸੈਣੀ DGP ਨੇ ਕਿਹਾ ਕਿ ਉਦਣ ਸਵੇਰੇ 2 ਵਜੇ ਤੜਕੇ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਸ ਵਕਤ ਦੇ ਮੁੱਖ ਮੰਤਰੀ ਦੀ ਕਾਲ ਆਈ ਹੈ। ਇਹ ਸਾਰਾ ਖੁਲਾਸਾ ਟਾਈਮਸ ਆਫ ਇੰਡੀਆ ਜਿਹੜੀ ਬਹੁਤ ਵੱਡੀ ਅਖਬਾਰ ਹੈ ਇਸ ਦੇਸ਼ ਦੀ, ਉਹਨਾਂ ਨੇ ਕੀਤਾ। ਇਸ ਲਈ ਉਸ ਨੂੰ ਆਧਾਰ ਬਣਾ ਕੇ ਸਾਡੀ ਪਾਰਟੀ ਇਹ ਚਾਹੁੰਦੀ ਆ ਕਿ ਇਸ ਗੱਲ ਦਾ ਇੱਕ ਪ੍ਰੋਪਰ ਪੁਖਤਾ ਜਾਂਚ ਹੋਣੀ ਚਾਹੀਦੀ ਆ ਕਿ ਕਿਤੇ ਇਹ ਤਾਂ ਨਹੀਂ ਕਿ ਉਸ ਵਕਤ ਮੁੱਖ ਮੰਤਰੀ ਸਾਹਿਬ ਦੇ ਉਸ ਟੈਲੀਫੋਨ ਦੇ ਕਾਲ ਦੇ ਉੱਤੇ ਗੋਲੀ ਦੇ ਹੁਕਮ ਦਿੱਤੇ ਗਏ ਹੋਣ, ਲਾਠੀਚਾਰਜ ਦੇ ਹੁਕਮ ਦਿੱਤੇ ਗਏ ਹੋਣ ਜਿਹਦੇ 'ਚ ਦੋ ਸਿੱਖ ਨੌਜਵਾਨ ਮਾਰੇ ਗਏ, ਬਹੁਤ ਸਾਰੀਆਂ ਔਰਤਾਂ ਬਜ਼ੁਰਗ ਜ਼ਖਮੀ ਹੋਏ ਨੇ। ਇਹ ਗੱਲ ਦੀ ਜਾਂਚ, ਇਸ ਗੱਲ ਦਾ ਸਾਰੀ ਇਨਕੁਆਇਰੀ ਹੋਣ ਤੋਂ ਬਾਅਦ ਤੱਥ ਸਾਹਮਣੇ ਆਉਣੇ ਚਾਹੀਦੇ। ਸੁਖਪਾਲ ਸਿੰਘ ਖਹਿਰਾ ਵੱਲੋਂ ਇੰਨਾ ਵੱਡਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸੁਖਪਾਲ ਸਿੰਘ ਖਹਿਰਾ ਨੂੰ ਹੀ ਨਿਸ਼ਾਨੇ ਤੇ ਲੈ ਲਿਆ। ਉਹਨਾਂ ਦਾ ਕਹਿਣਾ ਹੈ ਕਿ ਜਸਟਿਸ ਰਣਜੀਤ ਸਿੰਘ ਰਿਸ਼ਤੇਦਾਰੀਆਂ ਨਿਭਾ ਰਹੇ ਨੇ ਅਤੇ ਜਨਤਕ ਕਰਨ ਤੋਂ ਪਹਿਲਾਂ ਇਹ ਰਿਪੋਰਟ ਲੀਕ ਕੀਤੀ ਜਾ ਰਹੀ ਹੈ। ਮੈਂ ਸਮਝਦਾ ਕਿ ਇਹ ਕੋਈ ਜੀਜੇ ਸਾਲੇ ਦਾ ਖੇਡ ਨਹੀਂ ਹੈ ਜਿਸ ਤਰ੍ਹਾਂ ਅਸੀਂ ਇਹਨੂੰ ਲੈ ਰਹੇ ਹਾਂ ਇੱਕ ਇਨਕੁਆਇਰੀ ਕਮਿਸ਼ਨ ਨੂੰ। ਠੀਕ ਹੈ, ਇਹਨਾਂ ਦੇ ਜੀਜਾ ਜੀ ਲੱਗਦੇ ਆ, ਇਹਦਾ ਮਤਲਬ ਘਰ ਦੇ ਵਿੱਚ ਸਾਰਾ ਕੁਝ ਸਾਂਝਾ ਕੀਤਾ ਜਾ ਰਿਹਾ। ਕਿੱਥੋਂ ਐਫੀਡੈਵਿਟ ਦੀਆਂ ਕਾਪੀਆਂ ਇਹਨਾਂ ਨੂੰ ਮਿਲਣ ਲੱਗ ਗਈਆਂ? ਹਾਲੇ ਕਿ ਜੀਜਾ ਜੀ ਨੇ ਜਿਹੜਾ ਉਹਨੂੰ ਹੈਂਡਓਵਰ ਕੀਤਾ, ਪਹਿਲੀ ਰਿਪੋਰਟ ਕੀਤੀ ਸੀ ਜਿਹੜੀ ਸੈਣੀ ਸਾਹਿਬ ਵਾਲਾ ਪਾਰਟ ਹੈ, ਹਾਲੇ ਉਹਨਾਂ ਨੇ ਕੱਲ੍ਹ ਰਿਪੋਰਟ ਦੇ ਵਿੱਚ ਪੇਸ਼ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਉਹ ਮੈਨੂੰ ਡੇਟ ਮਿਲਿਆ। ਇਸ ਕਰਕੇ ਜਿਹੜੀ ਕੱਲ੍ਹ ਦੀ ਕੈਬਨਿਟ ਦੇ ਵਿੱਚ ਹੋਇਆ ਉਹ ਵੀ ਹੁਣ ਖਹਿਰਾ ਸਾਹਿਬ ਉਡੀਕ ਕਰ ਰਹੇ। ਇਹ ਜਿਹੜਾ ਹੁਣ ਸੈਣੀ ਸਾਹਿਬ ਦਾ ਐਫੀਡੈਵਿਟ ਅੱਜ ਖਹਿਰਾ ਸਾਹਿਬ ਪੁੱਛ ਰਹੇ ਆ ਸਾਡੇ ਕੋਲੋਂ, ਇਹਦਾ ਮਤਲਬ ਵੀ ਕੱਲ੍ਹ ਜਿਹੜੀ ਕੈਬਨਿਟ ਦੇ ਵਿੱਚ ਰਿਪੋਰਟ ਦਿੱਤੀ ਹੈ ਉਹ ਵੀ ਲੀਕ ਹੋ ਚੁੱਕੀ ਹੈ। ਇਹ ਤਾਂ ਮਤਲਬ ਸੰਵਿਧਾਨ ਦੀਆਂ, ਕਾਨੂੰਨ ਦੀਆਂ ਔਰ ਜਿਹੜਾ ਸਾਡਾ ਸਭ ਤੋਂ ਪਵਿੱਤਰ ਸਦਨ ਹੈ ਵਿਧਾਨ ਸਭਾ, ਉਹਦੀ ਮਾਨ ਮਰਿਆਦਾ ਦੀਆਂ ਧੱਜੀਆਂ ਉੱਡ ਗਈਆਂ। ਦਲਜੀਤ ਸਿੰਘ ਚੀਮਾ ਤਾਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਹਰ ਵਾਰੀ ਇਹ ਕਹਿੰਦੇ ਨੇ ਕਿ ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਪਾੜ ਕੇ ਰੱਦੀ ਦੀ ਟੋਕਰੀ ਵਿੱਚ ਸੁੱਟਦੇ ਨੇ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਤਾਂ ਅਸੀਂ ਫਾੜ ਕੇ ਰੱਦੀ ਸੁੱਟ ਦਿੱਤਾ ਹੈ, ਕਿਉਂਕਿ ਉਹ ਰਿਪੋਰਟ ਨਹੀਂ ਹੈ, ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਆਰਡਰ ਹੈ, ਕਾਂਗਰਸ ਦੀ ਰਿਪੋਰਟ ਹੈ, ਪੋਲੀਟੀਕਲ ਰਿਪੋਰਟ ਹੈ। ਉਹਨਾਂ ਨੇ ਫੈਕਟਸ ਤਾਂ ਗਏ ਹੀ ਨਹੀਂ, ਉਹ ਤਾਂ ਇਕੱਲੇ ਉਹਨਾਂ ਨੂੰ ਪਤਾ ਸੀ ਕਿ ਕੈਪਟਨ ਨੇ ਦੱਸਤਾ ਸੀ ਕਿ ਆਹ ਚੀਜ਼ ਲਿਖਣੀ ਆ, ਤਾਂ ਰਣਜੀਤ ਸਿੰਘ ਨੇ ਲਿਖ ਦਿੱਤਾ, ਸੋ ਰਿਪੋਰਟ ਤਾਂ ਮੰਨਦੇ ਨਹੀਂ ਸੀ। ਭਾਵੇਂ ਕਿ ਸੁਖਬੀਰ ਸਿੰਘ ਬਾਦਲ ਇਸ ਰਿਪੋਰਟ ਨੂੰ ਨਕਾਰਦੇ ਦਿਖਾਈ ਦਿੰਦੇ ਨੇ, ਪਰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਰਿਪੋਰਟ ਰੱਖੀ ਜਾਣੀ ਹੈ ਅਤੇ ਇਸ ਤੇ ਚਰਚਾ ਤੋਂ ਬਾਅਦ ਕਿਸੇ ਸਿੱਟੇ ਤੇ ਸਰਕਾਰ ਪਹੁੰਚਣੀ ਹੈ। ਪਰ ਇਸ ਤੋਂ ਪਹਿਲਾਂ ਇਹ ਰਿਪੋਰਟ ਲੀਕ ਹੋ ਗਈ ਜਿਸ ਨੂੰ ਕਿ ਕਈ ਨਾਮੀ ਅਖਬਾਰਾਂ ਨੇ ਛਾਪਿਆ, ਜਿਸ ਵਿੱਚ ਮੁੱਖ ਗੱਲ ਨਿਕਲ ਕੇ ਸਾਹਮਣੇ ਇਹ ਆਈ ਹੈ ਕਿ ਜੋ ਵੀ ਬਰਗਾੜੀ ਵਿਖੇ ਗੋਲੀਕਾਂਡ ਹੋਇਆ ਉਸ ਤੋਂ ਪਹਿਲਾਂ ਰਾਤ ਨੂੰ 2 ਵਜੇ ਉਸ ਵੇਲੇ ਦੇ DGP ਸੁਮੇਧ ਸੈਣੀ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਫੋਨ ਕੀਤਾ ਸੀ ਜਿਸ ਤੇ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੀ ਪ੍ਰਕਾਸ਼ ਸਿੰਘ ਬਾਦਲ ਨੇ DGP ਨੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਸ਼ੱਕ ਦੀ ਸੂਈ ਪ੍ਰਕਾਸ਼ ਸਿੰਘ ਬਾਦਲ ਤੇ ਆਣ ਖੜੀ ਹੋਈ ਹੈ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਵੀ ਇਸ ਰਿਪੋਰਟ ਨੂੰ ਲੈ ਕੇ ਇਸੇ ਕਰਕੇ ਹੀ ਡਰਿਆ ਹੋਇਆ ਅਤੇ ਇਸ ਰਿਪੋਰਟ ਨੂੰ ਡਸਟਬਿਨ ਵਿੱਚ ਸੁੱਟਣ ਦੀਆਂ ਗੱਲਾਂ ਕਰ ਰਿਹਾ ਅਤੇ ਸਾਫ਼ ਨਕਾਰਦਾ ਦਿਖਾਈ ਦੇ ਰਿਹਾ। ਪਰ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਸਰਕਾਰ ਇਸ ਤੇ ਕੀ ਕਾਰਵਾਈ ਕਰੇਗੀ, ਸਾਰੇ ਪੰਜਾਬ ਦੀਆਂ ਨਿਗਾਹਾਂ ਇਸ ਤੇ ਵੀ ਬਣੀਆਂ ਰਹਿਣਗੀਆਂ। ਪਰ ਪੰਜਾਬ ਵਿੱਚ ਇਸ ਵੇਲੇ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਵੀ ਰਿਪੋਰਟ ਭਾਵੇਂ ਉਹ SIT ਹੋਵੇ, STF ਹੋਵੇ ਜਾਂ ਫਿਰ ਕੋਈ ਕਮਿਸ਼ਨ ਹੋਵੇ, ਜੋ ਵੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਜਾਂਦੀ ਹੈ ਉਹ ਪਹਿਲਾਂ ਹੀ ਲੀਕ ਹੋ ਜਾਂਦੀ ਹੈ। ਪਹਿਲਾਂ ਵੀ ਨਸ਼ਿਆਂ ਨੂੰ ਲੈ ਕੇ ਜੋ STF ਬਣਾਈ ਗਈ ਸੀ ਉਸ ਦੀ ਰਿਪੋਰਟ ਵੀ ਲੀਕ ਹੋ ਗਈ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਰਿਪੋਰਟ ਕਿਵੇਂ ਲੀਕ ਹੋਈ ਹੈ, ਇਸ ਦੀ ਜਾਂਚ ਕਰਵਾਈ ਜਾਏਗੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਰਿਪੋਰਟ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਵੀ ਆ ਗਏ ਸਨ, ਪਰ ਨਾ ਤਾਂ ਉਸ ਦੀ ਅਜੇ ਤੱਕ ਜਾਂਚ ਹੋਈ ਹੈ ਅਤੇ ਹੁਣ ਇਹ ਵੀ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ ਉਹ ਵੀ ਲੀਕ ਹੋ ਚੁੱਕੀ ਹੈ, ਜਿਸ ਦੇ ਵਿੱਚ ਵੱਡੇ ਵੱਡੇ ਖੁਲਾਸੇ ਨਿਕਲ ਕੇ ਸਾਹਮਣੇ ਆ ਰਹੇ ਨੇ, ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਮੁੱਖ ਤੌਰ ਤੇ ਸਾਹਮਣੇ ਆ ਰਿਹਾ। ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਉਸ ਗੋਲੀਕਾਂਡ ਦੇ ਲਈ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੋ ਸਕਦੇ ਨੇ? ਕੀ ਉਹਨਾਂ ਨੇ 2 ਵਜੇ ਜੋ ਕਾਲ ਕੀਤੀ ਸੀ ਉਸ ਦੇ ਵਿੱਚ ਗੋਲੀ ਦਾ ਆਰਡਰ ਦਿੱਤਾ ਹੋਵੇਗਾ? ਇਸ ਬਾਰੇ ਤੁਹਾਡੀ ਕਿਹੜਾ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ। ਜੇਕਰ ਤੁਹਾਨੂੰ ਦਾ ਪੰਜਾਬ TV ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਸਾਡਾ ਦਾ ਪੰਜਾਬ TV ਨਾਮ ਦਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹੋ ਦਾ ਪੰਜਾਬ TV ਦੇ ਨਾਲ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਲੈ ਕੇ ਅਸੀਂ ਬਰਗਾੜੀ ਤੋਂ ਫਰੀਦਕੋਟ ਇੱਕ ਪ੍ਰੋਟੈਸਟ ਮਾਰਚ ਅਨਾਊਂਸ ਕੀਤੀ ਸੀਗੀ। ਕਮਰ ਸੰਧੂ ਸਾਹਿਬ ਵੀ ਸੀ ਉਦਨ ਪ੍ਰੈਸ
उस नूं थोड़ा आपां इसलिए मुलतवी कर रहे हैं, पोस्टपोन कर रहे हैं, क्योंकि पंजाब गवर्नमेंट ने पंजाब दी विधानसभा का सैशन सद लिया वा 24 तो लैके 28 अगस्त तक है। तो वैसे लगता कि 4-5 दिन का सैशन है, असल में 2 दिन का सैशन ही है, क्योंकि 24 तरीक फ्राइडे है तो शुक्रवार को सिर्फ श्रद्धांजलियां दे के 15 मिनट सदन उठ जाएगा। उपरंत शनिवार एतवार 2 छुट्टियां होंदियां ने और उस तो बाद 2 दिन का सैशन बकाया रहेगा सोमवार तो मंगलवार का। असं देखना चाहते हैं कि कांग्रेस गवर्नमेंट उस 2 दिन के जी गुरु ग्रंथ साहब की बेअदबी की लैके रिपोर्ट आई है जस्टिस रणजीत सिंह कमिशन की, वो की एक्शन लेंगे, की डिस्कशन करते हैं, कितना समा देंगे ने सारिया पार्टियां और बाद की एक्शन लेंगे ने। इसलिए असं यह 20 अगस्त वाली प्रोटेस्ट मार्च में थोड़े समय वास्ते मुलतवी कर रहे हैं, इनडेफिनेटली नहीं पोस्टपोन कर रहे। असी पंजाब गवर्नमेंट का रवैया देखने उपरंत पंजाब की विधानसभा का सैशन गवर्नमेंट की पुख्ता एक्शन लेंदी आ, बहबल कलां गोलीकांड जिहदे च 2 सिख नौजवान मारे गए सीगे और दूसरा बुरज जवाहर सिंह वाले तो लैके जिहड़ा बेअदबी शुरू हुई और जिन्हां जिन्हां ने लोगों ने की उन्होंने खिलाफ दोषियों के खिलाफ की कार्रवाई करती है। एक मौका मैं समझदा कि कांग्रेस गवर्नमेंट नूं लोगों नूं देखना चाहिए, क्योंकि विधानसभा का सैशन हालांकि है बहुत छोटा, मैनू लग रहा वा कि उहदे च कुछ नहीं निकलना, परंतु फिर भी इन ऑल फेयरनेस वी मस्ट गिव द गवर्नमेंट वन चांस। इसलिए असी विधानसभा के सैशन में देखांगे। और कल मैं भी जिक्र किया कि सरदार प्रकाश सिंह बादल का एक खुलासा किया गया, जी फाइनल रिपोर्ट दी है जस्टिस रणजीत सिंह कमिशन ने, कल दी टाइम्स ऑफ इंडिया अखबार के फ्रंट पेज स्टोरी सी लगी कि 14 अक्टूबर वाले दिन जिदन गोली चलती सवेरे 6-7 बजे उत्थे बहबल कलां, उदन 2 बजे तड़के 2 बजे सवेरे उस वक्त के चीफ मिनिस्टर सरदार प्रकाश सिंह बादल उस वेले दे DGP सुमेध सैनी नूं फोन करते हैं। तद सुमेध सिंह सैनी ने अपने एफिडेविट विच जिहड़ा जस्टिस रणजीत सिंह कमिशन नूं दिता गया, तो साडा इह शुबा वा कि किते इह तां नहीं कि वड्डे बादल साहब ने उस फायरिंग के हुक्म दिते होण। लाठीचार्ज भी होया, बहुत सारे लोगों दे गंभीर सट्टां लगियां, बहुत सारे लोग बजुर्ग औरतां जख्मी होईआं। ये तत्थ जिहड़े ने इह इक तां बादल साहब नूं आप दसणे चाहीदे ने कि की उहनां दी वाकई DGP नाल उस रात उस तड़के सवेरे 14 अक्टूबर को सवेरे 2 बजे गल हुई सी और कितनी बार हुई सी और कादे वास्ते हुई सी, क्योंकि सानू यह शक इस तरह पैंदा वा कि हो सकता इन्होंने पुलिस फायरिंग ऑर्डर की होवे लाठीचार्ज, क्योंकि अकाली दल की सरकार 2015 अक्टूबर 2015 तो लैके 2017 तक इन्होंने किसी पुलिस वाले के खिलाफ कोई एक्शन नहीं लिया। FIR जिहड़ी सी अणपछाते लोगों के खिलाफ ही रही, हालांकि पुलिस वलों कैटेगोरिकल फायरिंग हुई, वो CCTV फुटेज कवरेज सी। जे हुण जस्टिस रणजीत सिंह कमिशन नामजद कर सकते पुलिस वालों तो उस वेले अकाली दल ने क्यों नहीं किया? और जे रणबीर सिंह खटड़ा DIG जिहड़े कि SIT के इंचार्ज बने, जिन्होंने बुरज जवाहर सिंह वाले की बेअदबी का मामला सुलझाया, जे वह कढ सकते आ बेअदबी सुलझा सकते सीगे तो बादल साहब की सरकार ने क्यों नहीं सुलझाया और लगातार दोषियों को बचाना? इसलिए शक जाता वा कि हो सकता कितने ना कितने अकाली दल की सरकार ने उस पुलिस फायरिंग के ऑर्डर, अगर ये गल है, अगर उन्होंने हुक्म दिते ने और 2 सिख नौजवान मरे ने और लोगों के उत्ते लाठीचार्ज है, मैं समझदा कि यह बहुत निंदन योग अखौती पंथक सरकार होवे ते अपने ही नौजवानों नूं मार दे और मारे भी उस मुद्दे ते जिहदे ते एक सिख जगत दे विच दुनिया भर च बैठे गुरु नानक नाम लेवा दे जिहड़े हिरदे सी वलुंदरे होए सीगे, उन्हां नूं तां पैसीफाई करना चाहीदा सीगा, दोषियों नूं लभ के सज़ा देनी चाहीदी सी, परंतु अकाली दल ने अपना रोल जिहड़ा सी एक बहुत नैगेटिव अदा किया। इसलिए सारे मसले ते असीं इंतजार करांगे पंजाब की विधानसभा का सैशन का, क्योंकि अमरिंदर सिंह जी भी नज़र आ रहे हैं उसी राह ते ने, 4 आदमी पुलिस वाले तो नामजद करते जिहड़े रिपोर्ट आए, लेकिन उन्होंने की गिरफ्तारी अज तक नहीं हुई। आफ्टरऑल 302 का मुकदमा दर्ज होया, 2 बच्चे मरे ने उत्थे, ते ना ही दूजे पासे जिहड़ी जांच है रणबीर सिंह खट्टड़ा की SIT की, उहदे विच वी लॉजिकल कंकलूजन तक जांच नहीं जा रही। तुम सारे जानते हैं कि वह जांच किधर जा रही है, दोषियों को सज़ा मिलनी चाहिए है, परंतु एक बार फिर असी मौका देंगे कांग्रेस गवर्नमेंट को और 24 से 28 का जिहड़ा यह सैशन है, हालांकि इस सैशन के मेरा ख्याल है 2 दिन तक कल्ली बरगाड़ी की रिपोर्ट ही मसी डिस्कस होगी, दूसरे लोगों के मुद्दे ने जिहड़े चाहे वह नशे ने, चाहे वह भ्रिष्टाचार है, चाहे वह जहरीला पानी है, चाहे वह हर किस्म का पंजाब के एजुकेशन हेल्थ केयर, पता नहीं वो मुद्दे किदां डिस्कस होंगे, क्योंकि 6 महीनों के बाद
महज़ दो दिन का सैशन एक कोझा मजाक आ साडे उस पवित्र सदन के नाल, पर फिर भी असी मौका एक सरकार को जरूर देंगे।